ਹਾਂਜੀ ਕਿੱਦਾਂ ਸਾਰੇ ਤੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੇ ਬਾਕੀ ਜੇ ਕਹਿੰਦੇ ਸਰਕਾਰਾਂ ਨੇ ਮੰਗਾ ਨਾ ਮੰਨੀਆਂ ਤੇ ਸ਼ਹਿਰ ਸ਼ਟਡਾਊਨ ਹੋ ਜਾਊਗਾ ਤੇ ਇੱਥੇ ਆਪਣੇ ਵੀਰਿਆਂ ਦੀ ਰੈਲੀ ਸੀਗੀ ਇਕੱਠ ਸੀ ਤੇ 1500 2000 ਵੀਰੇ ਆਏ ਸੀ ਆਪਣੇ ਟਰੱਕਾਂ ਵਾਲੇ ਵੇਖ ਸਕਦੇ ਆ ਤੁਸੀਂ ਤੇ ਕਮਿਊਨਿਟੀ ਦਾ ਇਕੱਠ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਤੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਨਾਲ ਆ ਭਰਾਵੋ ਤੁਹਾਡੇ ਜਿੱਥੇ ਕਹੋਗੇ ਤੇ ਦੇਖ ਸਕਦੇ ਆ ਜੀ ਇਹ ਸਾਰੇ ਵੀਰ ਭਰਾ ਟਰੱਕਾਂ ਵਾਲੇ ਆ ਜੀ ਸਰੀ 'ਚ ਸੋ ਦੇਖ ਸਕਦੇ ਆ ਸੋ ਬਹੁਤ ਖੁਸ਼ੀ ਹੋਈ ਆ ਜੀ ਪੁੱਛਦੇ ਆ ਵੀਰਿਆਂ ਨੂੰ ਤੇ ਕਿਉਂ ਇਕੱਠ ਸੀ ਇਹ ਦੇਖ ਸਕਦੇ ਵੱਧੋ ਵੱਧ ਸ਼ੇਅਰ ਉਹ ਬੱਲੇ ਸਤਿ ਸ਼੍ਰੀ ਅਕਾਲ ਸਾਹਿਬ ਜੀ ਠੀਕ ਠਾਕ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਜੀ ਨਾਲ ਆ ਤੁਹਾਡੇ ਜੀ ਹਾਂਜੀ ਨਾਲ ਆ ਜੀ ਤੁਹਾਡੇ ਕੋਈ ਚੱਕਰ ਹੀ ਨਹੀਂ ਦੇਖ ਸਕਦੇ ਆ ਤੇ ਬਾਕੀ ਤੁਹਾਨੂੰ ਮੁੱਦਾ ਵੀ ਦੱਸਦੇ ਆ ਕਿਉਂ ਘੱਟ ਸੀ ਆਪਣੇ ਭਰਾਵਾਂ ਦਾ ਇੱਥੇ ਸੋ ਨਾਲ ਆ ਜੀ ਹਾਂਜੀ ਹਾਂਜੀ ਨਾਲ ਆ ਜੀ ਨਾਲ ਨਾ ਕਰਾ ਕੇ ਰੱਖਣੀ ਆ ਹਾਂਜੀ ਹਾਂਜੀ ਸੋ ਦੇਖੋ ਆਪਣੇ ਭਰਾ ਇੱਥੇ ਸੋ ਤੁਹਾਨੂੰ ਐਕਸਪਲੇਨ ਕਰਦੇ ਆ ਇਕੱਠ ਕਿਉਂ ਸੀ ਜੋ ਦੇਖ ਸਕਦੇ ਆ ਜੀ ਦੇਖੋ ਜੀ ਇਹ ਸਾਰੇ ਆਪਣੇ ਭਰਾ ਟਰੱਕਾਂ ਵਾਲੇ ਸ਼ੇਅਰ ਕਰਿਓ ਵੱਧੋ ਵੱਧ ਤੇ ਦਿਖਾਉਂਦੇ ਆ ਤੁਹਾਨੂੰ ਸੋ ਪੁੱਛਦੇ ਆ ਮਸਲਾ ਵੀ ਸੋ ਟਰੱਕ ਵੀ ਲੈ ਕੇ ਆਏ ਹੋਏ ਆ ਜੇ ਮੰਗਾ ਨਾ ਮੰਨੀਆਂ ਗਈਆਂ ਤੇ ਸ਼ਹਿਰ ਹੀ ਫਿਰ ਜਾਮ ਹੋਣਗੇ ਇਹਨਾਂ ਦੇ ਸਿਰ ਤੇ ਹੀ ਚੱਲਦਾ ਕੈਨੇਡਾ ਅਮਰੀਕਾ ਕੋਈ ਸ਼ੱਕ ਨਹੀਂ ਰੀੜ੍ਹ ਦੀ ਹੱਡੀ ਆ ਕੈਨੇਡਾ ਅਮਰੀਕਾ ਦੀ ਹਾਂਜੀ ਹਾਂਜੀ ਕੈਨੇਡਾ ਅਮਰੀਕਾ ਦੀ ਰੀੜ੍ਹ ਦੀ ਹੱਡੀ ਆ ਟਰੱਕਾਂ ਵਾਲੇ ਕੋਈ ਸ਼ੱਕ ਨਹੀਂ ਸੋ ਦੇਖੋ ਦਿਖਾਉਂਦੇ ਆ ਤੁਹਾਨੂੰ ਤੇ ਬਾਕੀ ਤੁਸੀਂ ਕਿੱਥੋਂ ਕਿੱਥੋਂ ਦੇਖਦੇ ਆ ਵੀਰਿਆਂ ਨੂੰ ਵੀ ਪੁੱਛਦੇ ਆ ਇਲਾਕਾ ਆਪਣੇ ਪਿੰਡੂ ਪਛਾਣ ਲਿਓ ਸਾਰੇ ਇਹ ਵੀਡੀਓ ਸਾਰੀ ਦੁਨੀਆ 'ਚ ਦੇਖੀ ਜਾਵੇਗੀ ਦੇਖ ਸਕਦੇ ਆ ਨਾਲਿਆਂ ਜੀ ਤੁਹਾਡੇ ਭਰਾਵਾਂ ਦੇ ਹਾਂਜੀ ਰਾਈਡ ਨਹੀਂ ਨਹੀਂ ਔਰ ਰਾਈਡ ਥੈਂਕ ਯੂ ਦੇਖ ਸਕਦੇ ਆ ਹਾਂਜੀ ਹਾਂਜੀ ਸਪੈਸ਼ਲ ਪੰਜਾਬ ਤੋਂ ਨਵੇਂ ਆਏ ਭਾਜੀ ਵੈਲਕਮ ਕਿਹੜਾ ਏਰੀਆ ਭਾਜੀ ਮੁਕਤਸਰ ਆਪਣੀਆਂ ਵੀਡੀਓ ਬਹੁਤ ਦੇਖਦੇ ਸੀ ਕਹਿੰਦੇ ਥੈਂਕ ਯੂ ਜੀ ਧੰਨਵਾਦ ਸੋ ਦੇਖੋ ਜੀ ਨਾਲਿਆਂ ਭਰਾਵਾਂ ਦੇ ਸਾਰੇ ਟਰੱਕਾਂ ਵਾਲੇ ਵੀਰ ਆ ਇਹ ਪੋਰਟ ਤੇ ਟਰੱਕ ਚਲਾਉਂਦੇ ਆ ਉੱਥੇ ਦੀ ਅਥਾਰਟੀ ਨੇ ਇੱਕ ਤਾਨਾਸ਼ਾਹੀ ਹੁਕਮ ਸੁਣਾਇਆ ਉਹਦਾ ਵਿਰੋਧ ਕਰਨ ਤੇ ਨਾਲਿਆਂ ਜੀ ਇਹਨਾਂ ਦੇ ਸੋ ਡੇਟ ਦਿੱਤੀ ਆ ਉਹਨਾਂ ਨੇ 3 ਅਪ੍ਰੈਲ ਜਾਂ ਜੋ ਵੀ ਆ ਸੋ ਕਾਹਦੀ ਡੇਟ ਆ ਕਿਉਂ ਆ ਹਾਂਜੀ ਤੇ ਕਿਹੜੇ ਭਰਾ ਆ ਕਿੱਧਰ ਨੂੰ ਟਰੱਕ ਚਲਾਉਂਦੇ ਆ ਸੋ ਸਾਰਾ ਹੀ ਜੋ ਵੀ ਤੁਹਾਨੂੰ ਆਪਾਂ ਐਕਸਪਲੇਨ ਕਰਾਂਗੇ ਬਾਕੀ ਨਾਲਿਆਂ ਜੀ ਤੇ ਗਿੱਲ ਸਾਹਿਬ ਜੀ ਆਪਣੇ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਵਧੀਆ ਵਧੀਆ ਹਾਂਜੀ ਹਾਂਜੀ ਥੈਂਕ ਯੂ ਸੋ ਮਚ ਦੇਖ ਸਕਦੇ ਆ ਮਾਤਾ ਜੀ ਨੇ ਕਵਿਤਾ ਬਹੁਤ ਵਧੀਆ ਸੁਣਾਈ ਸ਼ੁਕਰੀਆ ਜੀ ਅੱਛਾ ਜੀ ਚਲੋ ਆ ਜਾਓ ਸੁਣਾ ਦੋ ਮੈਂ ਵੀਡੀਓ ਬਣਾ ਦਿੰਦਾ ਇੱਥੇ ਇੱਧਰ ਨੂੰ ਕਰਕੇ ਕੋਈ ਚੱਕਰ ਨਹੀਂ ਜੀ ਪੜ੍ਹ ਲਿਓ ਕੋਈ ਚੱਕਰ ਨਹੀਂ ਇੱਥੇ ਖੜ ਜਾਓ ਕੋਈ ਨਹੀਂ ਮੈਂ ਵੀਡੀਓ ਬਣਾ ਦਿੰਦਾ ਮੇਰੀ ਵੀਡੀਓ ਬਣਦੀ ਵੀ ਲੱਖਾਂ ਲੋਕਾਂ ਨੇ ਦੇਖਣੀ ਆ ਹਾਂ ਆ ਜਾਓ ਇੱਧਰ ਨੂੰ ਹੋ ਜਾਓ ਹਾਂਜੀ ਦੇਖ ਸਕਦੇ ਮਾਤਾ ਜੀ ਕਵਿਤਾ ਲਿਖ ਕੇ ਲਿਆਏ ਸੀ ਸਪੈਸ਼ਲ ਸੋ ਐਪਰੀਸ਼ੀਏਟ ਕਰਿਓ ਕਵਿਤਾ ਦੀਆਂ ਫੋਟੋਆਂ ਖਿੱਚ ਕੇ ਪਾ ਦੇ ਨਹੀਂ ਨਹੀਂ ਸੁਣਾ ਦੋ ਹਾਂਜੀ ਦੇਖ ਸਕਦੇ ਆ ਜੀ ਸੋ ਆਪਾਂ ਜਿੰਨੇ ਜੋਗੇ ਹੈਗੇ ਐਪਰੀਸ਼ੀਏਟ ਕਰਦੇ ਇਹਨਾਂ ਨੇ ਟਰੱਕਾਂ ਵਾਲਿਆਂ ਲਈ ਲਿਖੀ ਸੀ ਸੋ ਟਾਈਮ ਥੋੜਾ ਉੱਚੀ ਜੀ ਓ ਕੋਈ ਨੀ ਜੀ ਬਹੁਤ ਵਧੀਆ ਬਹੁਤ ਲਿਖੀ ਕੀ ਸੀਗੀ ਇਹ ਲਿਖੀ ਕੀ ਸੀ ਅੱਛਾ ਜੀ
नहीं नहीं ये थोड़ी वीडियो दुनिया भर च पहुंच गई है जी जिन्ने योगे है आप है देख सकते ए तुसी आ राइटिंग थोड़ी है बल्ले सही गल है जी थैंक यू बहुत वधिया परमात्मा चढ़दी कला रखे सेहत थोड़ी रखे वधिया हां जी जी हां जी कोई चक्कर नहीं ਤੁਸੀਂ ਲਿਖਦੇ ਆ ਓ ਓਕੇ ਬਹੁਤ ਵਧੀਆ ਜੀ ਇਹ ਟਰੱਕ ਡਰਾਈਵਰਾਂ ਤੇ ਲਿਖਿਆ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਨਹੀਂ ਜੀ ਆਪਣਾ ਵੀਡੀਓ ਦੁਨੀਆ ਭਰ ਚ ਤੁਹਾਡਾ ਸੁਣਿਆ ਜਾਊ ਹਨਾ ਸੋ ਮੈਂ ਤਾਂ ਲਾਈਵ ਹੈਗਾ ਸੀਗਾ ਹਨਾ ਜਿਹੜਾ ਇੰਨੀ ਮਿਹਨਤ ਕਰਕੇ ਲਿਆਏ ਬਹੁਤ ਵਧੀਆ ਹਾਂਜੀ ਹਿੰਦੀ ਚ ਸਵਾਲ ਦੇਖ ਲਓ ਜੀ ਹਿੰਦੀ ਚ ਸਵਾਲ ਭੇਡਾਂ ਦਾ ਕਾਲ ਫੇਸਬੁੱਕ ਤੇ ਦੇਖ ਲਓ ਹੈਗੇ 20 ਲੱਖ ਫਾਲੋਅਰ ਮੈਂ ਕਰੇ ਸਾਬੀ ਯਾਰ ਦਾ ਜਾ ਰਿਹਾ ਉਹ ਬੱਲੇ ਅੱਛਾ ਕਾਰਨ ਢਲੋ ਨਾ ਮੇਰਾ ਮਾਨ ਕੋ ਮੈਂ ਲਿਆ ਮੇਰੇ ਹਾਂ ਹਾਂਜੀ ਜਸ ਕਰਨ ਢਲੋ ਮਾਨ ਕੋ ਥੈਂਕ ਯੂ ਹਾਂਜੀ 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 ਇਹਦਾ ਕੰਮ ਨਹੀਂ ਮਿਲਦਾ ਆ ਦੇਖ ਆ ਦੇਖ ਦੀ ਗੱਡੀ ਹੋਰ ਜੀ ਚੜ੍ਹਦੀ ਕਲਾ ਰੱਖਿਆ ਪ੍ਰਮਾਤਮਾ ਹਜੇ ਕਹਿੰਦਾ ਕੰਮ ਗੱਡੀ ਬੜੀ ਘੈਂਟ ਆ ਰੇਂਜ ਰੋਵਰ ਦੇਖ ਸਕਦੇ ਆ ਬਾਈ ਇਹ ਮਿਹਨਤਾਂ ਨਾਲ ਹੀ ਆਉਂਦੀਆਂ ਗੱਡੀਆਂ ਵੀ ਉਹ ਦੇਖ ਅੱਛਾ ਦੇਖੋ ਜੀ ਸੋ ਅੱਧੇ ਵੀਰ ਪਹਿਲਾਂ ਚੱਲ ਵੀ ਗਏ ਸੀ ਘੱਟੋ ਘੱਟ 1500 2000 ਵੀਰਾਂ ਦਾ ਇਕੱਠ ਸੀਗਾ ਸੋ ਪੁੱਛਦੇ ਆ ਕਿਉਂ ਇਕੱਠ ਸੀ ਭਾਜੀ ਕਿਉਂ ਇਕੱਠ ਸੀ ਦੱਸਿਓ ਮੜ ਜਾ ਇੱਧਰ ਉਹ ਦੂਜੇ ਵੀਰ ਵੀ ਕਵਰ ਕਰ ਨਹੀਂ ਇੱਧਰ ਖੜ ਕੇ ਬੋਲੋ ਜਿਹੜੇ ਆਉਂਦੇ ਉਹ ਵੀ ਵਿੱਚ ਥੋੜਾ ਉੱਚੀ ਨਹੀਂ ਕੀ ਹੁਕਮ ਆ ਕਿੱਥੇ ਕੱਲੀ ਪੋਰਟ ਚ ਬਾਕੀ ਸਾਰੇ ਕੈਨੇਡਾ ਚ ਅੱਛਾ ਭਾਵੇਂ 100 ਸਾਲ ਪੁਰਾਣੇ ਚੱਲੀ ਜਾਣ ਪੋਰਟ ਚ ਕੱਲੇ ਉਹ ਪੋਰਟ ਤੇ ਕੰਟਰੋਲ ਹੈ ਨੀ ਟਰੂਡੋ ਸਰਕਾਰ ਦਾ ਡਿਸਕ੍ਰਾਈਮੀਨੇਸ਼ਨ ਕਰ ਰਹੇ ਆ ਹਾਂਜੀ ਹਾਂਜੀ ਬਹੁਤ ਵਧੀਆ ਨਹੀਂ ਕੋਈ ਚੱਕਰ ਨੀ ਭਰਾ ਨਾਲ ਆ ਆਪਾਂ ਸੋ ਜਿੱਥੇ ਵੀ ਪੰਜਾਬੀ ਕਮਿਊਨਿਟੀ ਦੇ ਵੀਰਾਂ ਭਰਾਵਾਂ ਦਾ ਕੋਈ ਵੀ ਹੋਵੇ ਆਪਾਂ ਨਾਲ ਆ ਜੀ ਸੋ ਤੁਸੀਂ ਵੀ ਵੱਧੋ ਵੱਧ ਸ਼ੇਅਰ ਕਰਿਆ ਕਰੋ ਸਭ ਤੱਕ ਪਹੁੰਚਾਓ ਜੀ ਦੇਖ ਸਕਦੇ ਆ ਸੋ ਸਮਝ ਹੀ ਗਏ ਹੋਣੇ ਆ ਤੁਸੀਂ ਸੋ ਪੋਰਟ ਤੇ ਕਹਿੰਦੇ 10 ਸਾਲ ਤੋਂ ਪੁਰਾਣੇ ਟਰੱਕ ਚਲਾ ਨਹੀਂ ਸਕਦੇ ਪ੍ਰਦੂਸ਼ਣ ਹੁੰਦਾ ਤੇ ਹਾਂਜੀ ਹੋਰ ਵੀਰੇ ਤੇ ਦੇਖ ਸਕਦੇ ਆ ਬਾਕੀ ਆਪਣੇ ਵੀਰ ਭਰਾ ਆ ਰਹੇ ਆ ਸੋ ਵੱਧੋ ਵੱਧ ਸ਼ੇਅਰ ਕਰਿਓ ਸਭ ਤੱਕ ਪਹੁੰਚਾਇਓ ਤੇ ਸਾਰਿਆਂ ਸਤਿ ਸ਼੍ਰੀ ਅਕਾਲ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਸੀਂ ਵੀ ਦੱਸਿਓ ਕਿੱਥੋਂ ਦੇਖਦੇ ਆ ਸ਼ੇਅਰ ਕਰਿਓ ਸ਼ੁਕਰੀਆ।